ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਾਜ ਗਿੱਲ, ਤੁਸੀਂ ਦੇਖ ਰਹੇ ਹੋ ਪੰਜਾਬ ਲਾਈਵ ਨਿਊਜ਼ ਚੈਨਲ। ਕੁਛ ਖਾਸ ਖਬਰਾਂ 'ਤੇ ਝਾਤੀ ਮਾਰਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਰਾਜ ਗਿੱਲ, ਪੰਜਾਬ ਲਾਈਵ ਨਿਊਜ਼ ਟੀਵੀ ਤੋਂ। ਤੁਸੀਂ ਦੇਖ ਸਕਦੇ ਹੋ ਕਿ ਅੱਜ ਇੱਥੇ ਇਲਾਕੇ ਦੇ ਉੱਪਰ ਤਾਇਨਾਤ ਪੁਲਿਸ ਕਰਮਚਾਰੀਆਂ ਵੱਲੋਂ ਹਰ ਇੱਕ ਗੱਡੀ ਚੈੱਕ ਕੀਤੀ ਜਾ ਰਹੀ ਆ। ਭਾਅ ਜੀ, ਤੁਸੀਂ ਮਾਸਕ ਕਿਉਂ ਨਹੀਂ ਪਾਇਆ? ਵੀ ਤੁਸੀਂ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ? ਹਾਂਜੀ, ਮਿਲਦੇ ਕਿਉਂ ਨਹੀਂ? ਹਰ ਇੱਕ ਪਿੰਡ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ ਮਾਸਕ ਵੰਡੇ ਜਾ ਰਹੇ ਆ, ਅਤੇ ਬਾਅਦ ਵਿੱਚ ਗਲਤੀ ਕੱਢੀ ਜਾਂਦੀ ਹੈ ਕਿ ਪੁਲਿਸ ਪ੍ਰਸ਼ਾਸਨ ਜੋ ਹੈ ਉਹ ਚੰਗੀ ਤਰ੍ਹਾਂ ਆਪਣੀ ਡਿਊਟੀ ਨਹੀਂ ਦੇ ਰਹੇ। ਪਰ ਹਰ ਇੱਕ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ, ਦੇਖਿਆ ਜਾ ਰਿਹਾ ਕਿ ਇਸ ਭਿਆਨਕ ਬਿਮਾਰੀ ਨੂੰ ਲੈ ਕੇ ਕਿਹੜੇ ਲੋਕ ਧਰ ਗਏ ਹਸਪੀਟਲ ਤੋਂ ਆਏ ਆ, ਕਿਤੇ ਨਹੀਂ ਮਿਲ ਰਹੇ। ਅਤੇ ਉਪਲ ਸਾਹਿਬ, ਇੱਕ ਮਾਸਕ ਜੇ ਹੈਗਾ ਤਾਂ ਦੇ ਦਿਓ ਉਹਨਾਂ ਨੂੰ। ਰੁਮਾਲ ਤਾਂ ਹੋਣਾ ਹੀ ਆ। ਰੁਮਾਲ ਹੈ ਤੁਹਾਡੇ? ਰੁਮਾਲ ਹੈਗਾ ਭਾਅ ਜੀ, ਪਲੀਜ਼ ਰੁਮਾਲ ਓੜ ਲਓ, ਕਿਉਂਕਿ ਇਹ ਤੁਹਾਡੇ ਭਲੇ ਵਾਸਤੇ। ਪੁਲਿਸ ਪ੍ਰਸ਼ਾਸਨ ਹਰ ਇੱਕ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਇਸ ਬਿਮਾਰੀ ਤੋਂ ਬਚ ਕੇ ਰਹੋ, ਆਪਣੇ ਬੱਚਿਆਂ ਨੂੰ ਸੇਫ ਰੱਖੋ, ਆਪਣਾ ਆਲਾ ਦੁਆਲਾ, ਆਪਣੇ ਦੇਸ਼ ਨੂੰ ਬਿਲਕੁਲ ਸਾਫ਼ ਸੁਥਰਾ ਰੱਖੋ ਅਤੇ ਇਸ ਬਿਮਾਰੀ ਤੋਂ ਰਾਹਤ ਪਾਓ। ਅਤੇ ਇੱਧਰ ਕਰਦੇ ਹਾਂ ਗੱਲ, ਪੁਲਿਸ ਪ੍ਰਸ਼ਾਸਨ ਬਿਲਕੁਲ ਆਪਣੀ ਜ਼ਿੰਮੇਵਾਰੀ ਜੋ ਹੈ ਬੜੇ ਅੱਛੇ ਢੰਗ ਨਾਲ ਨਿਭਾ ਰਿਹਾ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ? ਕੀ ਨਾਮ ਹੈ ਤੁਹਾਡਾ? ਅਮਰੀਕ ਸਿੰਘ। ASI ਅਮਰੀਕ ਸਿੰਘ ਜੀ ਇਸ ਵਕਤ ਸਾਡੇ ਕੋਲ ਮੌਜੂਦ ਨੇ। ਹਰ ਇੱਕ ਗੱਡੀ, ਹਰ ਇੱਕ ਬਾਈਕ ਆਉਂਦੇ ਜਾਂਦੇ ਰਾਹੀਆਂ ਨੂੰ ਚੈੱਕ ਕਰ ਰਹੇ ਨੇ। ਅਤੇ ਕੀ ਭਾਅ ਜੀ, ਇਸ ਡਿਊਟੀ ਦੌਰਾਨ ਤੁਸੀਂ ਜਿਹੜੇ ਲੋਕ ਆ ਜਾ ਰਹੇ ਨੇ ਮਾਸਕ ਨਹੀਂ ਪਹਿਨਦੇ, ਜਿਹੜੇ ਹੈਲਮਟ ਨਹੀਂ ਪਹਿਨਦੇ, ਉਹਨਾਂ ਨੂੰ ਕੀ ਹਦਾਇਤ ਦਿੰਦੇ ਹੋ? ਇਹਨਾਂ ਦਾ ਕਹਿਣਾ ਹੈ ਕਿ ਜੋ ਲੋਕ ਆਉਂਦੇ ਨੇ, ਜੋ ਆਪਣੀ ਸੇਫਟੀ ਨਹੀਂ ਰੱਖਦੇ, ਜਿਹੜੇ ਬਾਈਕ 'ਤੇ ਆਉਂਦੇ ਨੇ, ਹੈਲਮਟ ਨਹੀਂ ਪਹਿਨਦੇ ਜਾਂ ਮਾਸਕ ਨਹੀਂ ਪਹਿਨਦੇ, ਬਕਾਇਦਾ ਉਹਨਾਂ ਨੂੰ ਤਬੀਬ
ਕਿ ਆਪਣੀ ਸੇਫਟੀ ਰੱਖੋ, ਆਪਣੇ ਦੇਸ਼ ਦੀ, ਆਪਣੇ ਬੱਚਿਆਂ ਦੀ ਭਲਾਈ ਵਾਸਤੇ। ਅਤੇ ਆਓ ਇੱਧਰ, ਹੋਰ ਪੁਲਿਸ ਕਰਮਚਾਰੀ ਜੋ ਇਸ ਵਕਤ ਮੌਜੂਦ ਨੇ, ਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ। ਅਤੇ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਜੋ ਆਵਾਜਾਈ ਦਾ ਸਾਧਨ ਬਣਿਆ ਹੋਇਆ ਲੋਕਾਂ ਵੱਲੋਂ, ਅਤੇ ਤੁਹਾਨੂੰ ਉਹਨਾਂ ਵੱਲੋਂ ਕਿੱਦਾਂ ਸਪੋਰਟ ਮਿਲ ਰਹੀ ਹੈ ਇਸ ਲੋਕਡਾਊਨ ਨੂੰ ਲੈ ਕੇ? ਹਾਂਜੀ, ਬਿਲਕੁਲ ਮਿਲ ਰਿਹਾ ਜੀ। ਸਿਰਫ ਜ਼ਰੂਰੀ ਕੰਮ ਵਾਲਾ ਕੋਈ ਆਉਂਦਾ ਜਾਂ ਮੈਡੀਕਲ ਸਹੂਲਤ ਵਾਲਾ ਆਉਂਦਾ ਵਾ, ਸਭ ਵਧੀਆ ਚੱਲ ਰਿਹਾ ਜੀ। ਕੋਈ ਆਮ ਨਹੀਂ, ਕੋਈ ਜ਼ਿਆਦਾ ਕੋਈ ਤੁਰੇ ਫਿਰਦੇ, ਬਿਲਕੁਲ ਬਿਨਾਂ ਕੰਮ ਤੋਂ ਕੋਈ ਨਹੀਂ ਆ ਰਿਹਾ। ਸਾਰਿਆਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਜੀ, ਸਾਰਾ ਠੀਕ ਠਾਕ ਚੱਲ ਰਿਹਾ ਜੀ। ਅਤੇ ਜਿਨ੍ਹਾਂ ਨੇ ਮਾਸਕ ਨਹੀਂ ਪਹਿਨੇ ਹੋਏ ਉੱਦਾਂ ਹੀ ਆ ਜਾਂਦੇ ਆ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਅਸੀਂ ਕਹਿੰਦੇ ਜੀ, ਬਿਲਕੁਲ ਮਾਸਕ ਪਹਿਨ ਕੇ ਰੱਖੋ। ਭਿਆਨਕ ਬਿਮਾਰੀ ਆ, ਬਹੁਤ ਬਹੁਤ ਜ਼ਿਆਦਾ ਆ ਭਿਆਨਕ ਬਿਮਾਰੀ। ਸਾਹਿਬ ਪਾਤਰ SSP ਸਾਹਿਬ ਵੀ ਕਹਿੰਦੇ ਜੀ, ਇਹਨਾਂ ਨੂੰ ਸਾਰਿਆਂ ਨੂੰ ਹਦਾਇਤ ਕਰੋ ਵੀ ਪਾ ਕੇ ਮਾਸਕ ਗੱਡੀ 'ਚ ਲਾਉਣੀ ਚਾਹੀਦੀ, ਇਸ ਤੋਂ ਬਿਨਾਂ ਮਤਲਬ ਬਾਹਰ ਨਹੀਂ ਨਿਕਲਣਾ ਮਾਸਕ ਤੋਂ। ਤਕਰੀਬਨ ਸਾਰੇ ਹੀ ਪਾ ਕੇ ਆਉਂਦੇ ਜੀ। ਜੀ, ਅਤੇ ਨਾਲ ਹੀ ਸਾਡੇ ਮੌਜੂਦ ਆ ਜਗਦੇਵ ਸਿੰਘ ਜੀ, ASI। ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ? ਕਿੱਦਾਂ ਇਸ ਡਿਊਟੀ ਦੌਰਾਨ ਤੁਹਾਨੂੰ ਕੋਈ ਦਿੱਕਤ, ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ? ਕੋਈ ਪਰੇਸ਼ਾਨੀ ਆ ਰਹੀ, ਜਿਹੜਾ ਵੀ ਕੋਈ ਆ ਰਿਹਾ ਜਿਹਦੇ ਕੋਲ ਪਾਸ ਆ ਜਾਂ ਕੋਈ ਸੇਵਾ ਨੂੰ ਆ ਰਿਹਾ ਜੀ, ਮੈਂ ਜਿਹਨਾਂ ਦੇ ਵੀ ਪਾਸ ਹੈਗੇ ਆ, ਜੋ ਕੋਈ ਮੈਡੀਸਨ ਲੈਣ ਜਾ ਰਿਹਾ ਤਾਂ ਉਹਨਾਂ ਨੂੰ ਅਸੀਂ ਉੱਥੋਂ ਚੈੱਕ ਕਰਕੇ, ਹਰ ਗੱਡੀ ਚੈੱਕ ਕਰਕੇ ਸੁਧਾਰ ਆ ਜਨਤਾ ਨੇ। ਹਰ ਇੱਕ ਜਿਹੜਾ ਆਉਣ ਜਾਣ ਵਾਲਾ ਕੋਈ ਦੱਸ ਰਿਹਾ ਕਿ ਆਪਣਾ ਮਾਸਕ ਪਾਏ ਤੋਂ ਬਾਅਦ ਬਾਹਰ ਨਿਕਲਣਾ, ਚਾਰ ਬੰਦਿਆਂ ਤੋਂ ਵੱਧ ਕਿਸੇ ਨਹੀਂ। ਅਤੇ ਜਿਹੜੇ ਵਿਦਾਊਟ ਹੈਲਮਟ ਜਾਂ ਵਿਦਾਊਟ ਮਾਸਕ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ 'ਤੇ ਕੋਈ ਕਾਰਵਾਈ ਕੀਤੀ ਜਾਂਦੀ ਆ ਜਿਹੜੇ ਹੈਲਮਟ ਤੋਂ ਬਗੈਰ ਆਉਂਦੇ ਨੇ? ਇਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਜੀ, ਜਿਹੜਾ ਵਾਰ ਵਾਰ ਆ ਰਿਹਾ ਉਹ ਅਸੀਂ ਗੌਰਮੈਂਟ ਦੀਆਂ ਹਦਾਇਤਾਂ ਮੁਤਾਬਕ ਜਿਹੜੀ ਕਾਰਵਾਈ ਬਣ ਰਹੀ। ਸੋ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਜਾਨ ਤਲੀ 'ਤੇ ਧਰ ਕੇ ਪੁਲਿਸ ਕਰਮਚਾਰੀ ਬਾਖੂਬੀ ਬੜੇ ਅੱਛੇ ਢੰਗ ਦੇ ਨਾਲ ਆਪਣੀ ਡਿਊਟੀ ਦੇ ਰਹੇ ਨੇ, ਅਤੇ ਇਹ ਬਹੁਤ ਵੱਡੀ ਗੱਲ ਹੈ। ਅਤੇ ਮੈਂ ਇਹ ਪੰਜਾਬ ਲਾਈਵ ਨਿਊਜ਼ TV ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਆਪ ਸੇਫ ਰਹੋ, ਆਪਣੇ ਬੱਚਿਆਂ ਨੂੰ ਸੇਫ ਰਹੋ ਰੱਖੋ, ਔਰ ਆਪਣੇ ਘਰਾਂ ਵਿੱਚ ਰਹੋ, ਔਰ ਬਿਨਾਂ ਕੰਮ ਤੋਂ ਬਾਹਰ ਨਾ ਨਿਕਲੋ। ਮੈਂ ਰਾਜ ਗਿੱਲ, ਪੰਜਾਬ ਲਾਈਵ ਨਿਊਜ਼ ਤੋਂ, ਅਤੇ ਕੈਮਰਾਮੈਨ ਦੀਪਕ ਦਿਆਲ, ਸਤਿ ਸ਼੍ਰੀ ਅਕਾਲ। ਸੋ ਇਸੇ ਤਰ੍ਹਾਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਮੈਂ ਰਾਜ ਗਿੱਲ, ਪੰਜਾਬ ਲਾਈਵ ਨਿਊਜ਼ ਤੋਂ, ਸਤਿ ਸ਼੍ਰੀ ਅਕਾਲ।